ਯੂਨੀਅਨ ਬਜਟ ਪੇਸ਼ ਕੀਤਾ ਯੂਨੀਅਨ ਮਿਨਿਸਟਰ ਨਿਰਮਲਾ ਸੀਤਾਰਮਨ ਨੇ, ਔਰ ਅਲੱਗ ਅਲੱਗ ਇੰਡਸਟਰੀਜ਼ ਤੋਂ ਲੋਕ ਇੱਥੇ ਆਏ ਨੇ ਸੀਆਈਏ ਦੇ ਵਿੱਚ, ਔਰ ਕੀ ਇੰਪੈਕਟ ਹੈ ਇਹਦਾ? ਸਾਡੇ ਨਾਲ ਡਾਕਟਰ ਕਿਰਨਪ੍ਰੀਤ ਜੋ ਕਿ ਟਰੈਕਟਰ ਇੰਡਸਟਰੀ ਤੋਂ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਰ, ਇੰਡਸਟਰੀ ਲਈ ਓਵਰਆਲ ਇਹ ਬਜਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਹਿਲੇ ਤੁਸੀਂ? ਦੇਖੀਏ ਜੀ, ਮੈਂ ਕਹਾਂਗਾ ਕਿ ਵੀ ਇਹ ਬੜਾ ਫਿਊਚਰਿਸਟਿਕ ਬਜਟ ਹੈ, ਰੋਡ ਮੈਪ ਹੈ ਅਗਲੇ 5 ਸਾਲ ਦਾ, ਬਟ ਆਉਣ ਵਾਲੇ ਕਰੰਟ ਈਅਰ ਜਾਂ ਨੈਕਸਟ 2 ਈਅਰਸ ਦੇ ਵਿੱਚ ਡਿਸਪਾਈਟ ਐਕਸੈਪਟ ਆਪਣਾ ਇੰਪਲੋਇਮੈਂਟ ਸਕਿਲਿੰਗ ਦੇ ਉਹ ਇਲਾਵਾ ਡਾਇਰੈਕਟ ਬੈਨੀਫਿਟ ਇੰਡਸਟਰੀ ਨੂੰ ਨਹੀਂ ਦਿੱਤਾ ਗਿਆ। ਫਾਈਨੈਂਸ਼ੀਅਲ ਸਪੋਰਟ ਵਾਸਤੇ ਇਨਡਾਇਰੈਕਟ ਬੈਨੀਫਿਟ ਜ਼ਰੂਰ ਗਵਰਨਮੈਂਟ ਨੇ ਪਲਾਨ ਕੀਤਾ, ਬਟ ਕਿਤੇ ਨਾ ਕਿਤੇ ਕੈਪੀਟਲ ਇੰਟੈਂਸਿਵ ਇੰਡਸਟਰੀ ਵਾਸਤੇ ਕੈਪੀਟਲ ਇਨਵੈਸਟਮੈਂਟ ਕਰਨ ਲਈ ਡਾਇਰੈਕਟ ਇਨਵੈਸਟਮੈਂਟ ਨਹੀਂ ਦੇ ਪਾਈ ਗਵਰਨਮੈਂਟ। ਜਿਹੜੀ ਕੋਈ ਸਕੀਮਸ ਪਹਿਲਾਂ ਚੱਲਦੀਆਂ ਸੀ, ਇੱਕ CLCSS ਸਕੀਮ ਪਹਿਲਾਂ ਚੱਲਦੀ ਸੀ ਗਵਰਨਮੈਂਟ ਦੀ, ਤੁਸੀਂ ਨਵੀਂ ਮਸ਼ੀਨਰੀ ਅਪਗ੍ਰੇਡਡ ਮਸ਼ੀਨਰੀ ਖਰੀਦੋ ਤਾਂ ਤੁਹਾਨੂੰ ਡਾਇਰੈਕਟ ਗਵਰਨਮੈਂਟ ਵੱਲੋਂ ਬੈਨੀਫਿਟ ਮਿਲਦਾ ਸੀ। ਉਹ ਕਿਤੇ ਨਾ ਕਿਤੇ ਬੜੀ ਐਡਵੋਕੇਸੀ ਵੀ ਕੀਤੀ ਗਈ ਕਿ ਵੀ ਉਹ ਦੁਬਾਰਾ ਚੱਲੇ, ਬਟ ਉਹ ਕਿਤੇ ਨਾ ਕਿਤੇ ਗਵਰਨਮੈਂਟ ਨੇ ਨਹੀਂ ਦੁਬਾਰਾ ਚਲਾਈ। ਉਹ ਬੜੀ ਨੀਡ ਆਫ ਦੀ ਆਰ ਹੈ ਕਿ ਤਾਂ ਕਿ ਅਸੀਂ ਮਸ਼ੀਨਰੀਆਂ ਨਵੀਆਂ ਦੀ ਨਵੀਂ ਟੈਕਨੋਲੋਜੀ ਖਰੀਦੀਏ, ਉੱਤੇ ਸਾਨੂੰ ਇਨਸੈਂਟਿਵ ਮਿਲੇ। ਡਾਕਟਰ ਜਿੰਦਰੀ, ਤੁਸੀਂ ਖੁਦ ਟਰੈਕਟਰ ਇੰਡਸਟਰੀ ਤੋਂ, ਇਸ ਇੰਡਸਟਰੀ ਵਾਸਤੇ ਕੀ ਹੈ, ਕੀ ਉਮੀਦ ਕਰ ਰਹੇ ਸੀ ਤੁਸੀਂ? ਦੇਖੀਏ, ਅਸੀਂ ਕਾਫੀ ਕੁਛ ਉਮੀਦ ਕਰ ਰਹੇ ਸੀ ਕਿ ਵੀ ਫਾਰਮਰ ਨੂੰ ਇਨਸੈਂਟਿਵ ਮਿਲੇ ਵੀ ਉਹ ਇੰਪਲੀਮੈਂਟਸ ਖਰੀਦੇ, ਟਰੈਕਟਰ ਖਰੀਦੇ, ਤਾਂ ਕਿ ਉਹ ਜਿੰਨਾ ਉਹਨੂੰ ਇਨਸੈਂਟਿਵ ਮਿਲੂਗਾ ਸਾਡੀ ਇੰਡਸਟਰੀ ਨੂੰ ਉਨਾ ਬੂਸਟ ਮਿਲਦਾ, ਸਾਡੀ ਪ੍ਰੋਡਕਸ਼ਨ ਵੱਧਦੀ, ਸਾਡੀ ਇੰਡਸਟਰੀ ਦੇ ਵਿੱਚ ਉਨੀ ਇੰਪਲੋਇਮੈਂਟ ਵੱਧਦੀ। ਬਟ ਕਿਤੇ ਨਾ ਕਿਤੇ ਉਹੀ ਗੱਲ ਕਿ ਵੀ ਡਾਇਰੈਕਟ ਇਨਸੈਂਟਿਵ ਗਵਰਨਮੈਂਟ ਨੇ ਕਿਸੇ ਵੀ ਸੈਕਟਰ ਦੇ ਵਿੱਚ ਨਹੀਂ ਦਿੱਤਾ, ਇਨਡਾਇਰੈਕਟ ਜ਼ਰੂਰ ਦਿੱਤਾ। ਆਉਣ ਵਾਲੇ ਸਾਲਾਂ ਦੇ ਵਿੱਚ ਫਾਰਮਰਸ ਨੂੰ ਨਵੀਂ ਵਰਾਇਟੀਜ਼ ਆਫ ਕਰੋਪਸ, ਰਿਸਰਚ ਐਂਡ ਡਿਵੈਲਪਮੈਂਟ ਸੈਂਟਰਸ ਜਿਹੜੇ ਹੈ ਉਹ ਬਣਨਗੇ, ਬਟ ਉਹ 4-5 ਸਾਲਾਂ ਦੇ ਬਾਅਦ ਉਹਦਾ ਇਫੈਕਟ ਆਏਗਾ। ਆਉਣ ਵਾਲੇ 3 ਸਾਲਾਂ ਦਾ ਮੈਂ ਕਹਾਂ ਤਾਂ ਉਹ ਡਾਇਰੈਕਟ ਬੈਨੀਫਿਟ ਫਾਰਮਰ ਨੂੰ ਨਹੀਂ ਦਿੱਤਾ ਗਿਆ। ਉਹ ਸਾਡੀ ਇੰਡਸਟਰੀ ਵੀ ਉਮੀਦ ਕਰ ਰਹੀ ਸੀ ਕਿ ਵੀ ਕਿਤੇ ਕਿਤੇ ਫਾਰਮਰ ਨੂੰ ਟਰੈਕਟਰ ਖਰੀਦਣ ਦੇ ਵਿੱਚ ਸਹਾਇਤਾ ਮਿਲੇ, ਇੰਪਲੀਮੈਂਟਸ ਖਰੀਦਣ ਵਾਸਤੇ ਸਹਾਇਤਾ ਮਿਲੇ, ਕਿਉਂਕਿ ਅੱਜ ਦੀ ਡੇਟ ਦੀ ਉਹ ਬਹੁਤ ਲੋੜ ਹੈ ਇੱਕ ਫਾਰਮਰ ਨੂੰ ਮੈਕਨਾਈਜ਼ ਹੋਣ ਵਾਸਤੇ, ਮੈਕਨਾਈਜ਼ਡ ਚੀਜ਼ਾਂ ਨੂੰ ਯੂਜ਼ ਕਰਨ ਵਾਸਤੇ ਉਹ ਬੜੀ ਲੋੜ ਹੈ। ਓਵਰਆਲ ਫਾਰਮਰਸ ਅਤੇ ਐਗਰੀਕਲਚਰ 'ਤੇ ਬੜਾ ਫੋਕਸ ਸੀਗਾ, ਕੁਛ ਸਟੇਟ ਸਪੈਸੀਫਿਕ ਸੀਗਾ, ਪੰਜਾਬ ਔਰ ਹਰਿਆਣਾ ਵਾਸਤੇ ਤੁਹਾਨੂੰ ਲੱਗਦਾ ਕੀ ਹੋਣਾ ਚਾਹੀਦਾ ਸੀ ਸਪੈਸ਼ਲੀ ਐਜ਼ ਐਨ ਐਕਸਪਰਟ ਬੋਡੀ ਤੇ? ਦੇਖੀਏ, ਪੰਜਾਬ ਐਂਡ ਹਰਿਆਣਾ ਵਾਸਤੇ, ਕਿਉਂਕਿ ਦੋਨੋਂ ਹੀ ਐਗਰੀਕਲਚਰ ਬੇਸਡ ਇਕੋਨਮੀ, ਮਤਲਬ ਪੰਜਾਬ ਜ਼ਿਆਦਾ ਹੈ, ਹਰਿਆਣਾ ਚਲੋ ਇੰਡਸਟਰੀਜ਼ ਵਿਲ ਵੀ ਹੈਗਾ, ਕਿਤੇ ਨਾ ਕਿਤੇ ਦੁੱਖ ਦੀ ਗੱਲ ਹੈ ਕਿ ਪੰਜਾਬ ਦਾ ਨਾਮ ਬਜਟ ਦੇ ਵਿੱਚ ਨਹੀਂ ਆ ਸਕਿਆ, ਜਦਕਿ ਪੰਜਾਬ ਹੈਜ਼ ਬੀਨ ਦੀ ਫੂਡ ਬਾਲ ਆਫ ਦੀ ਕੰਟਰੀ, ਅਤੇ ਉਹ ਸਾਰੀਆਂ ਚੀਜ਼ਾਂ ਇਨਸੈਂਟਿਵਾਈਜ਼ ਫਾਰਮਰ ਨੂੰ MSP ਦੇ ਵਿੱਚ ਬੇਸਿਕਲੀ ਨਾਮ ਦੇ ਜ਼ਿਕਰ ਜ਼ਰੂਰ ਹੋਏ ਨੇ, ਬਟ ਉਹਦੇ ਵਿੱਚ ਗਰਾਊਂਡ ਰਿਐਲਿਟੀ ਦੇ ਵਿੱਚ ਥੋੜ੍ਹੀਆਂ ਚੀਜ਼ਾਂ ਥੋੜ੍ਹੀਆਂ ਡਿਫਰੈਂਟ ਨੇ। ਜਿਹੜਾ ਫਾਰਮਰ ਨੂੰ ਅੱਜ ਦੀ ਲੋੜ ਹੈ ਕਿ ਸਟਬਲ ਬਰਨਿੰਗ ਦੇ ਉੱਤੇ ਬਹੁਤ, ਉਹਦੇ ਉੱਤੇ ਬੰਦਿਸ਼ਾਂ ਤਾਂ ਬਹੁਤ ਲਾਈਆਂ ਗਈਆਂ, ਬਟ ਉਹਦਾ ਹੱਲ ਨਹੀਂ ਕੋਈ ਕੱਢਿਆ ਗਿਆ। ਉਹ ਜ਼ਿਆਦਾ ਹੀ ਸਟੇਟ ਦੇ ਉੱਤੇ ਮਤਲਬ ਨਿਰਭਰ ਹੈ, ਪੈਨਲਾਈਜ਼ ਹੁੰਦਾ, ਬਟ ਉਹਨੂੰ ਕਿੱਦਾਂ ਸਾਂਭੇ, ਉਹਨੂੰ ਕੋਈ ਉਹਦਾ ਸਟੇਬਲ ਦਾ ਵੇ ਆਊਟ ਨਹੀਂ ਕੋਈ ਦਿੱਤਾ। ਤੁਸੀਂ CIA ਦੇ ਪਾਰਟ ਵੀ ਹੋ, ਕੁਛ ਰਿਕਮੈਂਡੇਸ਼ਨਸ ਡੈਫੀਨਿਟਲੀ ਦਿੱਤੀਆਂ ਹੋਣਗੀਆਂ, ਹੁਣ ਪੋਸਟ ਬਜਟ ਰਿਕਮੈਂਡ ਕਰੋਗੇ ਤੁਸੀਂ ਕਿਸ ਤਰ੍ਹਾਂ? ਨਹੀਂ, ਡੈਫੀਨਿਟਲੀ ਇਹ ਔਨਗੋਇੰਗ ਪ੍ਰੋਸੈਸ ਹੁੰਦਾ ਜੀ, ਮਤਲਬ ਹਜੇ ਦਿਸ ਇਜ਼ ਦ ਫਸਟ ਈਅਰ ਆਫ ਦੀ ਮੋਦੀ 3.0 ਗਵਰਨਮੈਂਟ, ਤੋ ਪਹਿਲੇ ਸਾਲ ਦੇ ਵਿੱਚ ਜੋ ਸਾਨੂੰ ਹੁਣ ਬਜਟ ਇਹ ਆਇਆ, ਇਹਦੇ ਵਿੱਚ ਦੁਬਾਰਾ ਅਸੀਂ ਬੈਠਾਂਗੇ, ਦੁਬਾਰਾ ਅਸੀਂ ਉਹ ਪੈਨਲ ਦੇ ਵਿੱਚ ਆਪਣੀਆਂ ਰਿਕਮੈਂਡੇਸ਼ਨਸ ਦੇਵਾਂਗੇ, ਤੋ ਕਿਤੇ ਨਾ ਕਿਤੇ ਉਸ ਚੀਜ਼ ਦਾ ਇਫੈਕਟ ਜ਼ਰੂਰ ਜਾਂਦਾ, ਅਤੇ ਕਮੀਆਂ ਪੇਸ਼ੀਆਂ, ਸਾਨੂੰ ਉਮੀਦ ਹੈ ਕਿ ਵੀ ਅਗਲੇ ਬਜਟ ਦੇ ਵਿੱਚ, ਜੇ ਇਸ ਸਾਲ ਨਹੀਂ ਤਾਂ ਅਗਲੇ ਬਜਟ ਦੇ ਵਿੱਚ, ਸਾਨੂੰ ਪੰਜਾਬ ਨੂੰ ਕੰਸਿਡਰ ਵੀ ਕੀਤਾ ਜਾਵੇ, ਅਤੇ ਪੰਜਾਬ ਦੇ ਹਿਸਾਬ ਨਾਲ ਚੀਜ਼ਾਂ ਸਕੀਮਸ ਜਿਹੜੀਆਂ ਲਿਆਉਂਦੀਆਂ ਜਾਣ।
ਥੈਂਕ ਯੂ। ਸੋ ਇਸ ਡਾਕਟਰ ਕਿਰਨਪ੍ਰੀਤ ਜੋ ਕਿ ਟਰੈਕਟਰ ਇੰਡਸਟਰੀ ਤੋਂ ਸੀ ਔਰ ਗੱਲ ਕੀਤੀ ਕਿ ਇੰਡਸਟਰੀ ਸਪੈਸੀਫਿਕ ਇਨਸੈਂਟਿਵ ਦੀ ਲੋੜ ਸੀ, ਲੇਕਿਨ ਓਵਰਆਲ ਪ੍ਰੋਗਰੈਸਿਵ ਬਜਟ ਹੈ, 4-5 ਦਾ ਸਾਲ ਦਾ ਜੇ ਫਿਊਚਰ ਦੇਖਿਆ ਜਾਏ ਚੰਗਾ ਬਜਟ ਹੈ, ਲੇਕਿਨ ਇਮੀਡੀਏਟ ਰਿਲੀਫ ਜਿਸ ਤਰ੍ਹਾਂ ਦੇ ਚਾਹੀਦੇ ਸੀ, ਖਾਸ ਕਰਕੇ ਸਟਬਲ ਬਰਨਿੰਗ ਨੂੰ ਲੈ ਕੇ, ਇਸ਼ੂਜ਼ ਨੂੰ ਲੈ ਕੇ, ਟਰੈਕਟਰਸ ਔਰ ਫਾਰਮਿੰਗ ਇਕੁਪਮੈਂਟਸ ਨੂੰ ਕਿਸ ਤਰ੍ਹਾਂ ਦੇ ਇਨਸੈਂਟਿਵ ਸਬਸਿਡੀਜ਼ ਮਿਲਣੀਆਂ ਚਾਹੀਦੀਆਂ, ਉਹ ਨਹੀਂ ਮਿਲੀਆਂ। ਸੋ ਇੱਕ ਮਿਕਸ ਬੈਗ ਬਜਟ ਜਿਹੜਾ ਉਹ ਕਿਹਾ ਜਾ ਰਿਹਾ। ਚੰਡੀਗੜ੍ਹ ਤੋਂ ਕੈਮਰਾ ਪਰਸਨ ਗੁੰਜੀਤ ਦੇ ਨਾਲ ਅਸੀਮ ਬੱਸੀ, ਪੰਜਾਬ ਤੱਕ।